ਬੰਦਖਾਨਾ ਮੁਰਦਾਬਾਦ। ਸੰਗਰੂਰ ਦੇ ਭਵਾਨੀਗੜ੍ਹ ਵਿੱਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੇ ਸਮਾਗਮ ਦੇ ਬਾਹਰ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਅਰਵਿੰਦ ਖੰਨਾ ਅਤੇ ਭਾਜਪਾ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਰਵਿੰਦ ਖੰਨਾ ਨੇ ਕਿਹਾ ਕਿ ਉਹਨਾਂ ਨੇ ਪਿਛਲੇ 25 ਸਾਲ ਸੰਗਰੂਰ ਦੀ ਸੇਵਾ ਕੀਤੀ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸੰਗਰੂਰ ਦੇ ਲੋਕ ਉਹਨਾਂ ਦੇ ਹੱਕ ਵਿੱਚ ਵੋਟਾਂ ਦੇਣਗੇ। ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਜੇਕਰ ਸੰਗਰੂਰ ਦੇ ਲੋਕ ਉਹਨਾਂ ਨੂੰ ਦਿੱਲੀ ਜਾਣ ਦਾ ਮੌਕਾ ਦਿੰਦੇ ਹਨ ਤਾਂ ਉਹ ਕਿਸਾਨਾਂ ਦੀ ਆਵਾਜ਼ ਜ਼ਰੂਰ ਬੁਲੰਦ ਕਰਨਗੇ, ਪਰ ਉਹ ਕਿਸੇ ਜਥੇਬੰਦੀ ਦੇ ਨਾਲ ਨਹੀਂ ਹਨ। ਮੇਰੀ ਭੈਣਾਂ ਨੇ ਵੋਟਾਂ ਪਵਾਉਣੀਆਂ, ਮੇਰੇ ਜੋ ਨੌਜਵਾਨ ਵੀਰ ਪਿੱਛੇ ਬੈਠੇ ਨੇ ਉਹਨਾਂ ਨੇ ਵੋਟਾਂ ਪਵਾਉਣੀਆਂ। ਮੈਂ ਤੁਹਾਡੇ ਨਾਲ ਖੜਿਆ ਜਿਵੇਂ ਮੈਂ ਪਹਿਲੇ ਖੜੇ ਸੀ, ਅੱਗੇ ਖੜਾ ਜੀ ਖੜਾ ਵਾ। ਪੰਜਾਬ ਦੇ ਵਿੱਚ ਇੱਕ ਨਵੀਂ ਸੋਚ ਆਪਾਂ ਪੈਦਾ ਕਰਾਂਗੇ, ਮਿਲ ਕੇ ਕੰਮ ਕਰਾਂਗੇ ਔਰ ਸੰਗਰੂਰ ਨੂੰ ਆਪਣੇ 5 ਸਾਲ ਮਿਹਨਤ ਕਰਕੇ ਜੇ ਮੈਨੂੰ ਤੁਸੀਂ ਤੁਹਾਡੇ ਲੋਕ ਤੁਹਾਡੇ ਸਾਥੀ ਲੋਕ ਦਿੱਲੀ ਜਾ ਕੇ ਤੁਹਾਡੇ ਕੰਮ ਕਰਨ ਦਾ ਮੌਕਾ ਦੇਵੇ। ਜੋ ਪਿਛਲੇ 10 ਸਾਲ ਸੰਗਰੂਰ ਦੇ ਵਿੱਚ ਕਿਸੇ ਵੀ MLA MP ਨੇ ਨਹੀਂ ਕੀਤਾ, ਉਹ ਮੈਂ ਕਰਕੇ ਦਿਖਾਵਾਂਗਾ, ਤੁਹਾਡੇ ਸਹਿਯੋਗ ਨਾਲ ਕਰਕੇ ਦਿਖਾਵਾਂਗਾ। ਮੈਂ ਕੀਤੀ ਹੈ ਸੰਗਰੂਰ ਇਲਾਕੇ ਦੀ ਪਿਛਲੇ 25 ਸਾਲ, ਕਿਸੇ ਨੇ ਨਹੀਂ ਕੀਤੀ ਹੋਣੀ। ਚਾਹੇ ਕਿਸਾਨ ਮੇਰਾ ਭਰਾ ਹੋ, ਚਾਹੇ ਗਰੀਬ ਮੇਰਾ ਭਰਾ ਹੋ, ਚਾਹੇ ਮੇਰੀ ਭੈਣ ਹੋ, ਚਾਹੇ ਕੋਈ ਵੀ ਹੋ, ਮੈਂ ਸਮੁੱਚੇ ਸੰਗਰੂਰ ਦੀ ਪਿਛਲੇ 25 ਸਾਲ ਤੋਂ ਲਗਾਤਾਰ ਸੇਵਾ ਕਰਦਾ ਆ ਰਿਹਾ ਔਰ ਅੱਗੇ ਵੀ ਕਰਾਂਗਾ। ਔਰ ਮੈਂ ਅੱਜ ਵੀ ਕਿਸਾਨਾਂ ਦੇ ਨਾਲ ਹਾਂ, ਪਰ ਜਥੇਬੰਦੀ ਨਾਲ ਨਹੀਂ ਹਾਂ, ਮੈਂ ਕਿਸਾਨਾਂ ਨਾਲ ਮੈਂ ਖੜਿਆ ਔਰ ਉਹਨਾਂ ਦੀ ਲੜਾਈ ਮੈਂ ਲੜਾਂਗਾ। ਇੱਥੇ BJP ਪਾਰਟੀ ਦਾ ਅਰਵਿੰਦ ਖੰਨਾ ਆਇਆ ਸੀਗਾ ਭਵਾਨੀਗੜ੍ਹ ਦੇ ਵਿੱਚ, ਉਹਦਾ ਬਹੁਤ ਸਖ਼ਤ ਤਰੀਕੇ ਨਾਲ ਵਿਰੋਧ ਕੀਤਾ ਗਾ ਕਿਉਂਕਿ ਇਹਨਾਂ ਨੇ ਮਤਲਬ ਕਿਸਾਨਾਂ ਦੀ ਕਾਤਲ ਪਾਰਟੀ ਹੈਗੀ, ਇਹ ਕਿਸਾਨਾਂ ਨਾਲ ਵਾਅਦੇ ਕਰਕੇ ਮੁੱਕਣ ਵਾਲੀ BJP ਪਾਰਟੀ ਹੈਗੀ। ਇਸ ਕਰਕੇ ਅਸੀਂ BJP ਪਾਰਟੀ ਦਾ ਸਖ਼ਤ ਵਿਰੋਧ ਕਰ ਦਿਆਂਗੇ। ਜਿੰਨੇ ਦਿਨ ਵੋਟਾਂ ਨਹੀਂ ਪੈਂਦੀਆਂ, ਜਿੰਨੇ ਦਿਨ ਇਹ ਸਾਡੇ ਪਿੰਡਾਂ 'ਚ ਆਉਣਗੇ, ਜਿੱਥੇ ਵੀ ਆਉਣਗੇ, ਸ਼ਹਿਰ 'ਚ ਆਉਣ, ਪਿੰਡਾਂ 'ਚ ਆਉਣ, ਅਸੀਂ ਇਹਨਾਂ ਦਾ ਐਸੇ ਤਰੀਕੇ ਨਾਲ ਵਿਰੋਧ ਕਰਾਂਗੇ ਕਿਉਂਕਿ ਸਾਡਾ 750 ਕਿਸਾਨਾਂ ਦਾ ਕਾਤਲ ਹੈ ਨਰਿੰਦਰ ਮੋਦੀ ਅਤੇ ਸਾਡੇ ਸ਼ੁਭ ਘਰ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਨੇ BJP ਨੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ। ਸਾਡੇ ਕਿਸਾਨਾਂ ਦੇ ਟਰੈਕਟਰ ਭੰਨੇ ਨੇਗੇ ਹਰਿਆਣੇ ਦੇ ਬਾਰਡਰਾਂ ਦੇ ਉੱਤੇ, ਅਸੀਂ ਕਿਹੜੇ ਹਿਸਾਬ ਨਾਲ ਇਹਨਾਂ ਨੂੰ ਮਤ ਬਖਸ਼ ਦਈਏ। ਇਸ ਕਰਕੇ ਅਸੀਂ ਇਹਨਾਂ ਦੀ ਜਮਾਤ ਦਾ ਪੂਰਨ ਵਿਰੋਧ ਕਰਦੇ ਹਾਂ, ਅਸੀਂ BJP ਪਾਰਟੀ ਦਾ ਵਿਰੋਧ ਕਰਦੇ ਹਾਂ, ਅਸੀਂ ਅਰਵਿੰਦ ਖੰਨਾ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਇਹ ਅਰਵਿੰਦ ਖੰਨਾ BJP ਪਾਰਟੀ ਦਾ ਨੁਮਾਇੰਦਾ ਗਾ। ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ, ਇਸ ਲਈ ਜਦੋਂ ਵੀ ਇਹ ਜਿੱਥੇ ਵੀ ਆਉਣਗੇ ਇਹਨਾਂ ਦਾ ਐਸੇ ਤਰੀਕੇ ਨਾਲ ਅਸੀਂ ਸਖ਼ਤ ਵਿਰੋਧ ਕਰਾਂਗੇ।